ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਜੰਮੂ, ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ 'ਤੇ ਜਿਹਦਾ ਨਾਂ ਆ ਮਨਦੀਪ ਈਸੇਵਾਲ। ਹਾਜ਼ਰ ਹਾਂ ਜੀ ਤੁਹਾਡੇ ਅੱਗੇ ਨਵਾਂ ਵਲੌਗ ਲੈ ਕੇ। ਜਦੋਂ ਤੁਸੀਂ ਰੋਡ 'ਤੇ ਜਾਓ, ਅੱਜ ਅਸੀਂ ਆ ਰਹੇ ਹਾਂ ਨਾ, ਪਹਿਲੀ ਵਾਰੀ ਜਲੰਧਰ ਚੱਲਿਆ ਅਤੇ ਪਹਿਲੀ ਵਾਰੀ ਗੱਡੀ 'ਚ ਬੈਠਾ ਅਤੇ ਪਹਿਲੀ ਵਾਰੀ ਰੋਡ 'ਤੇ ਚੜ੍ਹੇ ਹਾਂ। ਓਹੋ ਹੋ, ਅਸੀਂ ਇੱਕ ਉੱਪੜੀ ਗਈ ਸੀ ਕੈਨੇਡਾ ਦੇ ਵਿੱਚ। ਹਾਂਜੀ, ਉਹ ਬੀਬੀ ਕਹਿੰਦੀ ਸੀ, ਲਓ ਜੀ ਹੁਣ ਮੈਂ ਰੋਡ ਪਾਰ ਕਰਨ ਲੱਗੀ ਹਾਂ ਤਾਂ ਇੱਥੋਂ ਆਹ ਲਾਈਟ ਜਗ ਜਾਂਦੀ ਹੈ। ਅੱਛਾ, ਮਤਲਬ ਤੂੰ ਹੁਣ ਜਾ ਕੇ ਜਲੰਧਰ ਇੱਦਾਂ ਕਰਕੇ ਦਿਖਾਉਣਾ ਬੀਬੀ ਵਰਗੋ? ਨਹੀਂ, ਇੱਧਰ ਕਰੋ, ਜਦੋਂ ਆਹ ਵੇਖੋ ਗੱਡੀ ਤੇਜ਼ ਹੋ ਜਾਂਦੀ ਉਦੋਂ ਗੱਡੀ ਤਾਂ ਮੱਠੀ ਕਰਿਆ ਕਰੋ, ਗੱਡੀ ਦੇ ਵਿੱਚ ਗੱਡੀ ਵੱਜ ਵੀ ਸਕਦੀ ਆ। ਹਾਂਜੀ, ਜਦੋਂ ਤੁਸੀਂ ਵਿਚਾਰੇ ਉਹਦੀ ਲੰਘਾਉਣੀ ਆ, ਪਹਿਲਾਂ ਦੋ ਭਰਾਵਾਂ ਨੂੰ ਮਿੰਟ ਕਰ ਲਿਆ ਕਰੋ, ਹਾਰਨ ਮਾਰੋ ਪੀ ਵੀ ਸਾਈਡ ਤੇ ਕਰ ਲਓ ਏਦਾਂ। ਹੁਣ ਅਸੀਂ ਲੰਘਾਵਾਂਗੇ ਗੱਡੀ, ਇੱਧਰ ਦਿਖਾਓ ਮਾੜੀ ਗੱਡੀ ਲੰਘਦੀ, ਦਿਖਾਓ ਗੱਡੀ ਲੰਘਦੀ ਨੀ, ਉਹ ਜਗ੍ਹਾ ਹੀ ਨੀ ਦਿੰਦੇ। ਹਰੇ ਜਗ੍ਹਾ ਨੀ ਦੇ ਰਹੇ ਬੀਬੀ ਨੇ, ਅਸੀਂ ਕਹਿਣਾ ਚਾਹੁੰਦੇ ਆ ਦੇਖੋ ਜੀ ਇਹ ਕੀ ਕਰਦੇ ਆ। ਹਾਂਜੀ, ਜਲੰਧਰ ਜਾਣਾ ਹੈਗੀ ਆ, ਜਲੰਧਰ ਮੈਂ ਕਦੀ ਦੇਖਿਆ ਨੀ ਹੈਗੀ, ਪਹਿਲੀ ਵਾਰੀ ਜਾਣਾ ਹੈਗੀ, ਪਹਿਲੀ ਵਾਰੀ ਭਾਜੀ ਮੈਂ ਨਾ ਏਦਾਂ ਕਹਿੰਦੀ ਹੈਗੀ ਆ। ਕਿੱਦਾਂ ਕਹਿੰਦੀ ਹੈਗੀ ਆ ਤੂੰ? ਮੈਂ ਉੱਥੇ ਨਾ ਜਾ ਕੇ ਮੈਂ ਦੱਸਣੀ ਹੈਗੀ ਸਾਰਿਆਂ ਨੂੰ ਵੀ ਏਦਾਂ ਦੀ ਏਦਾਂ ਹੁੰਦੀ ਹੈਗੀ ਆ। ਕਿੱਦਾਂ ਹੁੰਦੀ ਹੈਗੀ? ਲੰਗਰ ਬੜਾ ਵਧੀਆ ਲੱਗੀ ਹੈਗੀ ਭਾਜੀ, ਤੂੰ ਗੱਡੀ ਭਜਾ ਲਗੀ ਲੰਗਰ ਖਾਣਾ ਆ, ਤੂੰ ਖਵਾਉਂਦੀ ਕੁਛ ਨੀ ਭਾਜੀ, ਇੰਨੀ ਮੇਰੀ ਫੇਵਰੇਟ ਲੰਗਰ ਹੈਗੀ ਆ। ਮੈਂ ਮਾਮਾ ਭੋਗ ਛੱਡ ਕੇ ਆਇਆ ਤੁਹਾਡੇ ਕਰਕੇ ਪਿੰਡੋਂ, ਉੱਥੇ ਰੋਟੀ ਲੱਗਣ ਲੱਗੀ ਸੀ। ਉੱਥੇ ਰੋਟੀ ਲੱਗਣ ਲੱਗੀ ਸੀ, ਸ਼ੁਰੂ ਕਰਨ ਲੱਗੇ ਸੀ, ਠੀਕ ਆ, ਮੈਂ ਉੱਦਾਂ ਹੀ ਛੱਡ ਕੇ ਆ ਗਿਆ। ਮੈਂ ਕਿਹਾ ਮੇਰਾ ਭਰਾ ਵੇਟ ਕਰਦਾ, ਮੈਂ ਨਾ ਇਹ ਭਾਜੀ ਨੂੰ, ਮੈਂ ਕਿਹਾ ਭਾਜੀ ਸਾਡੇ ਲਈ ਪਕੌੜਾ ਪਾ ਲੈ। ਉੱਥੇ ਖਾਣਾ ਕਿਹੜੇ ਪਕੌੜੇ ਸੀ, ਉੱਥੇ ਕੁਛ ਵੀ ਨੀ, ਮੱਠੀ ਸੀ ਤੇ ਨਾਲ ਇੱਕ ਗੁਲਾਬ ਜਾਮਣ ਸੀ, ਨਾਲ ਚਾਹ ਸੀ। ਜੇਬ ਵਿੱਚ ਤਾਂ ਪੈ ਹੀ ਜਾਣਾ ਸੀਗਾ, ਜੇਬ ਖਰਾਬ ਕਰਨੀ ਸੀ, ਜੇਬ ਇਹਨਾਂ ਖਰਾਬ ਕਰਨੀ ਸੀਗਾ ਯਾਰ, ਤੂੰ ਪਿਤਾ ਦੀ ਬੰਦਾ ਹੈਗੀ ਯਾਰ, ਜਾ ਯਾਰ ਤੂੰ ਆਏ ਕੀ ਭਕਾਈ ਪਾਰਦੀ ਹੈਗੀ। ਕੋਈ ਗੱਲ ਨਹੀਂ ਦੀਪੇ, ਆ ਦੇਖ ਕਾਫੀ ਆ ਪਈ ਹੈ ਨਾ, ਜਿੱਦਾਂ ਏਦਾਂ ਢੱਕਣ ਲਾ ਕੇ ਪੀ ਦਿੰਦੀ, ਆ ਕਿਹੜਾ ਕੰਮ ਆ ਤੇਰਾ, ਨਾਲ ਸਾਲੇ ਕੁਰਕਰੇ ਖਾਣ ਦੇ ਆ, ਡਬੋ ਡਬੋ ਕੇ ਆਹ ਕੁਰਕਰੇ ਵਿੱਚ ਦੀਪੇ ਮੈਨੂੰ ਵੀ ਪੁੱਠੀ ਸਲਾਹ ਦਿੱਤੀ ਸਾਲੇ ਨੇ। ਨਾ ਯਾਰ ਉਹ ਢੱਕਣ ਲਾ ਕੇ ਪੀ ਦੀ ਹੁੰਦੀ ਓਲੇ, ਉਹ ਦੇਖ ਉਹ ਜਾ ਵੇ ਦੀਪੇ, ਸਹੀ ਲੱਗਦੀ ਬਾਬਾ ਐਨ ਕਿੱਦਾਂ ਵੀ, ਆਹ ਦੇਖ ਲਾ ਲੈ ਵੇ ਤੂੰ ਇਹਦਾ ਮਾਰੀ ਚੱਕ ਕੇ, ਪਰ ਅਸੀਂ ਫਿਰ ਕਰ ਲਈ ਸਿੱਧੀ। ਪਰ ਇੱਕ ਗੱਲ ਆ, ਤੂੰ ਵੀ ਕਾਫੀ ਉੱਦਾਂ ਹੀ ਪੀਂਦੇ ਆ, ਉੱਦਾਂ ਮੈਨੂੰ ਇਹਨੇ ਸਲਾਹ ਦਿੱਤੀ ਬਾਬਾ ਜੀ, ਇਹਦੀਆਂ ਸਲਾਹਾਂ ਇਦਾਂ ਦੀਆਂ ਹੀ ਆ, ਇਹ ਆਪ ਹੀ ਸਾਲਿਆਂ ਮੋਰੀ ਲਾਣੀ ਪਾਉਣੀ ਸੀ ਛੋੜੀ। ਓ ਯਾਰ ਖੰਡ ਲਾ ਕੇ ਪਾ ਕੇ ਵਿੱਚ ਬਾਜੋ ਲਾ ਲਈ ਦੀ ਹੁੰਦੀ ਆ, ਲੈਡ ਕੀ ਕਹਿੰਦੇ ਇਹਨੂੰ ਭਰਾਵਾ, ਉਹ ਦੇਸੀ ਬੰਦੇ ਆ, ਤੂੰ ਕਹਦਾ ਦੇਸੀ ਆ ਸਾਲਿਆ, ਕੁਰਕਰੇ ਖਾਣਦੇ ਆ ਨਾਲ ਉਹਦੇ ਚਾਹਣਾ ਕੁਰਕਰੇ ਖਾਣੇ, ਉਹ ਚਾਹਣਗੇ ਇਹ ਵੀ ਤੇ ਲਾਤੇ ਆ, ਲਾਤੇ ਇਹਨੂੰ ਲਾਤੇ ਕਹਿੰਦੇ ਆ, ਕਾਤੋਂ ਲਾਈ ਹੋਈ ਹੈ ਇਹ ਵੀ ਤੇ, ਬਸ ਬ੍ਰਿਸਟਾ ਵਾਲਿਆਂ ਨੇ ਜਿੱਥੋਂ ਵੀ ਲਾਈ ਆ ਲਾਤੇ ਕਹਿੰਦੇ ਆ, ਪਰ ਇਹਨੂੰ ਲਾਤੇ ਨਹੀਂ ਪੀਨੇ ਜੀ, ਚਾਹ ਤੇ ਮੈਨੂੰ ਦਿੱਤਾ ਲਾਤੇ, ਹੁਣ ਕੁਰਕਰੇ ਬੱਸ ਵਿੱਚੋਂ ਭੇਜ ਭੇਜ ਕੇ ਖਾਣੇ। ਲਾ ਯਾਰ ਕਿੱਦਾਂ ਦੇ ਬੰਦੇ ਆ, ਆਪਣੇ ਬੰਦੇ ਵੀ ਨਾ ਵੈਸੇ ਬਾਈ ਜੀ, ਹੈ ਹੀ ਸਦੇ ਆ, ਕੋਲ ਦੇਸੀ ਕਾਹਦਾ ਦੇਸੀ ਆ, ਅਨਪੜਾ ਇਹਨੂੰ ਅਨਪੜਤਾ ਕਹਿੰਦੇ ਆ। ਨਹੀਂ ਇੱਕ ਮਿੰਟ, ਉਹ ਸਾਲੇ ਭੈਣ ਚ ਕੁਰਕਰਿਆਂ ਦੇ ਭਵਾ ਹੋ ਲੇਸਾਂ ਦੇ ਉੱਤੇ ਭੈਣ ਜੀ ਉਦਾਂ ਹੀ ਚੀਜ਼ ਪਾ ਪਾ ਖਵਾਈ ਜਾਂਦੇ ਆ, ਤਾਂ ਅਸੀਂ ਭੈਣ ਚਾਹ ਕੁਰਕਰੇ ਨੀ ਖਾ ਸਕਦੇ। ਓਏ ਉਹਨਾਂ ਨੂੰ ਭਰਾਵਾ ਨਾਚੋਸ ਕਹਿੰਦੇ ਆ, ਨਾਚੋਸ ਕਾਹਦੇ ਨਾਚੋ ਆ, ਉਹ ਬ੍ਰਿਸਟਾ ਸੋਰੀ ਉਹਦੇ ਆ ਸਾਬੇ ਵਾਲਿਆਂ ਨੇ ਨਾਚੋਸ ਹੁੰਦੇ ਆ, ਜਿਹੜੇ ਮੈਂ ਖਾ ਕੇ ਆਇਆ ਉਹਨੂੰ ਨਾਚੋਸ ਕਹਿੰਦੇ ਆ, ਆ ਜਿਹੜਾ ਤੂੰ ਭੇਂ ਭੇ ਕੇ ਖਾਂਦਾ ਇਹਨੂੰ ਅਨਪੜਤਾ ਕਹਿੰਦੇ ਆ, ਅਨਪੜਤਾ ਨਹੀਂ ਇਹਨੂੰ ਕਾਫੀ ਕੁਰਕਰਾ ਕਹਿੰਦੇ ਆ। ਓ ਮਾਈ ਗੋਡ ਬ੍ਰੋ, ਕਾਫੀ ਕੁਰਕਰਾ, ਕਾਫੀ ਕੁਰਕਰਾ, ਕਾਫੀ ਕੁਰਕਰਾ, ਦੀਪੇ ਦਾ ਨਾਂ ਰੱਖਤਾ ਅੱਜ ਤੋਂ ਕਾਫੀ ਕੁਰਕਰਾ। ਨਹੀਂ ਮੇਰੇ ਨਾਂ ਪਹਿਲਾਂ ਹੀ ਬਹੁਤ ਆ, ਬੱਬੋ ਲੁੰਗੜ ਪੁੰਗੜ, ਬੁਲਟ, ਹਾਂ ਵੱਡਾ ਵੱਡਾ ਬਹੁਤ ਜ਼ਿਆਦਾ, ਹਾਂ ਟੰਗਲ ਬਹੁਤ ਜ਼ਿਆਦਾ, ਨਵਾਂ ਨਵਾਂ ਜਾਣੇ ਜਾਂਦਾ ਮੈਂ, ਗੁੱਲੂ ਗੁੱਲ ਪਿਸਟਮ, ਗੁਲੰਬੋ ਗਲ ਗਲੰਦੋ ਵੀ ਆ, ਗਲੰਬੋ ਬਾਈ ਜੀ ਨਾ ਮੈਂ ਹੁਣ ਦੱਸਦਾ ਇਹਦਾ ਨਾਂ ਕਿੱਦਾਂ ਪਿਆ ਜੀ, ਗਲੰਬੋ ਇਹਦੇ ਡੈਡੀ ਦਾ ਨਾਂ ਹੈਗਾ ਜੀ ਗੁੱਲੂ, ਤੇ ਮੰਮੀ ਦਾ ਨਾਂ ਹੈਗਾ ਅੰਬੋ, ਤੇ ਅਸੀਂ ਉਹਦਾ ਨਾਂ ਦੋਵਾਂ ਦਾ ਸ਼ਾਰਟ ਕਰਕੇ ਇੱਕੋ ਕਰਤਾ ਗੁੱਲ ਅੰਬੋ ਗਲੰਬੋ। ਇਹ ਜੀ ਅਸੀਂ ਜਿੱਦਾਂ ਦੋਵੇਂ ਨਾਂ ਪਾਏ ਸੀ ਮਸ਼ੀਨ ਦੇ ਵਿੱਚ, ਤੇ ਉਹ ਦੋਵਾਂ ਦਾ ਇੱਕ ਨਿਕਲਿਆ ਨਾਂ ਗਲੰਬੋ, ਠੀਕ ਆ ਜੀ, ਕਿਉਂ ਗਲੰਬੋ ਜੀ। ਹਾਂ ਲਓ ਵੀ ਪੰਜਾਬੀਓ, ਆਪਾਂ ਹੁਣ ਜਾਣਾ ਸੀਗਾ ਮੱਥਾ ਟੇਕਣ, ਤੇ ਜੇ ਆਪਣਾ ਬਾਈ ਉੱਥੇ ਡਰਮ ਸੈੱਟ ਵਾਲਾ ਫੇ ਹੋਇਆ ਤੇ ਮਿਲ ਕੇ ਉਹਨੂੰ ਫੇਰ ਜ਼ਰੂਰ ਆਵਾਂਗੇ, ਤੇ ਨਾਲੇ ਤੁਹਾਨੂੰ ਡਰਮ ਸੈੱਟ ਦਿਖਾਵਾਂਗੇ ਕਿੱਦਾਂ ਵੱਜਦਾ, ਡੁੰਮ ਡੁੰਮ ਲੱਕ ਲੱਕ ਡੁੰਮ ਡੁੰਮ ਲੱਕ ਲੱਕ। ਉਹ ਤੇਰਾ ਡਰਮ ਸੈੱਟ ਨਹੀਂ ਭੈਣ ਚੋਦਾ ਗਿਆ, ਮੈਂ ਉਹਦਾ ਗਿਆ ਆ, ਮਰਾਸੀ ਵਾਲੀ ਇਹ ਤਾਂ ਹੈ ਹੀ ਮਰਾਸੀ ਆ,
ਇਹ ਸਾਲਾ ਜਰੂਆ ਜਾਣ ਕੇ ਗੁੱਲੂ ਦੇ ਘਰੇ ਜੰਮ ਗਿਆ, ਇਹ ਜੰਮਣਾ ਹੀ ਮਰਾਸੀਆਂ ਦੇ ਚਾਹੀਦਾ ਹੈ। ਇਹ ਮਰਾਸੀ ਆ ਵੇ ਕਲਾਕਾਰਾ, ਜਿੰਨਾ ਕੁ ਤੂੰ ਗਾਉਂਦਾ ਇੰਨਾ ਕੁ ਸਾਡੀ ਬੱਕਰੀ ਗਾ ਲੈਂਦੀ ਹੈ। ਇਹ ਮਰਾਸੀ ਆ, ਕੀ ਹਾਲ ਹੀ ਦੇ, ਪਤਾ ਕੀ ਹੋਇਆ, ਅਸੀਂ ਘਰੇ ਮੁਰਗਾ ਬਣਾ ਲਿਆ। ਅੱਛਾ, ਤਾਂ ਫਿਰ ਬਾਅਦ ਚੋਂ ਖਾ ਲਿਆ। ਮੁਰਗਾ ਬਣਾਇਆ ਤੇ ਹੱਡੀਆਂ ਅਸੀਂ ਸੁੱਟਣ ਚੱਲੇ ਬਾਹਰ। ਜਦੋਂ ਹੱਡੀਆਂ ਸੁੱਟਣ ਚੱਲੇ, ਪਰ ਡੈਡੀ ਵਰਗਾ ਜਾਂਦਾ ਰਿਹਾ। चलो हुण पहला मुर्गे वाली तां हड्डियां वाली गल ही नहीं दसी, रह ही गया विच ही। ओ कुरकरा बाद चो लिखा, सॉरी लिखा ली, आहो ਚੁਸਕੀਆਂ ਲੈ ਲੈ ਪੀਂਦਾ ਚਾਹ ਭਾਜੀ ਵਾ ਕਾਫੀ ਸੌਰੀ। ਚਲੋ ਆ ਜਿਹੜੀ ਆਪਾਂ ਜੀ ਆ ਗੱਲ ਆਪਣੀ ਕਿਹੜੀ ਮੁਰਗੇ ਵਾਲੀ ਇਹਦੇ ਕੋਲ ਬਾਜੋ ਪੁੱਛਦੇ ਆ ਤੇ ਹੁਣ ਮੈਂ ਵੀ ਕਾਫੀ ਪੀ ਲਾਂ ਭਰਾਵਾ, ਮੇਰੀ ਕਾਫੀ ਠੰਡੀ ਹੋ ਜਾਣੀ ਹੈ। ਇੱਕ ਮਿੰਟ ਤੇਰੀ ਬਣਾਉਣੀ ਵੀਡੀਓ, ਤੂੰ ਕਿੱਦਾਂ ਕਾਫੀ ਪੀਂਦਾ ਸਾਲਿਆ, ਤੂੰ ਸਾਨੂੰ ਪਾਗਲ ਬਣਾਉਣ ਦੇ, ਦੇਖੋ ਵੀ ਪੰਜਾਬੀ ਹੋ ਇੱਦਾਂ ਕਾਫੀ ਪੀਂਦਾ ਹੈ। ਕਿੱਦਾਂ ਉਹ ਵੀ ਪੰਜਾਬੀ ਆ, ਕੈਮਰਾ ਨੂੰ ਸਿੱਧਾ ਫੜ ਲਾ, ਕੈਮਰਾ ਤੈਨੂੰ ਫੜਨਾ ਨਹੀਂ ਆਉਂਦਾ। ਤੇਰੀ ਫੋਟੋ ਵਿੱਚ ਆਉਂਦੀ, ਮੈਨੂੰ ਇੰਨਾ ਨਹੀਂ ਪਤਾ। ਛੋੜੀ ਗਲਾਸੀ ਨੀ ਦਿੱਤੀ, ਵਧੀਆ ਗਲਾਸ ਦਿੱਤਾ ਵਾ। ਹਾਂਜੀ ਲੱਭੇ ਭਾਜੀ, ਏਦਾਂ ਹੀ ਸਹੀ ਆ ਨਾ, ਬਿਲਕੁਲ ਏਦਾਂ ਸਹੀ ਆ ਭਾਜੀ। ਤੁਸੀਂ ਭਾਜੀ ਤੁਸੀਂ ਰੋਂਗ, ਅਸੀਂ ਤੁਹਾਨੂੰ ਰੋਂਗ ਸਮਝਦੇ ਆ। ਹਾਂਜੀ ਤੁਸੀਂ ਸਹੀ ਆ। ਹਾਂਜੀ ਹਾਂਜੀ, ਭਾਜੀ ਮੈਂ ਗੋਡੇ ਹੱਥ ਲਾ ਦਿੰਦਾ ਤਾਂ ਦਿਲ। ਨਹੀਂ ਨਹੀਂ ਗੋਡੇ ਹੱਥ ਨਹੀਂ ਲਾਉਣਾ, ਤੁਸੀਂ ਮੇਰੇ ਮੁਰਸ਼ਦ ਆ, ਠੀਕ ਹੈ ਜੀ। ਮੈਂ ਤੁਹਾਡਾ ਉਹ ਗੁਲਾਮ ਕਾਹਦੇ ਲੱਗਾ, ਮੈਂ ਤੁਹਾਡਾ ਉਹ ਆ ਕੀ ਬੱਚਾ, ਮੈਂ ਨਹੀਂ ਤੇਰਾ ਬੜਾ, ਮੈਂ ਨਹੀਂ ਤੇਰਾ ਬੜਾ, ਮੈਂ ਨਹੀਂ ਤੇਰਾ ਡੈਡੀ, ਮੈਂ ਨਹੀਂ ਤੇਰਾ ਡੈਡੀ। ਮੈਂ ਗੱਲ ਹੀ ਨਹੀਂ ਕੀਤੀ ਤੈਨੂੰ ਸਾਲੇ, ਐਵੇਂ ਬੜਾ ਬਣਾਵਾ ਫਿਰ। ਨਾ ਨਾ ਨਾ, ਤੂੰ ਮੈਨੂੰ ਕਹੀ ਨਾ ਤੂੰ ਮੇਰਾ ਬੜਾ ਆ, ਮੈਂ ਕਹਿੰਦਾ ਤੇਰਾ ਬੜਾ ਬੜਾ, ਮੈਂ ਕਿਹਾ ਹੀ ਨਹੀਂ। ਨਹੀਂ ਉਹਨੇ ਨਾਂ ਨਹੀਂ ਲੱਗਦਾ, ਮੈਂ ਤੇਰਾ ਉਹ ਆ, ਮੈਂ ਤੇਰਾ ਉਹੀ ਆ। ਸ਼ਕਤੀ ਮਾਰਨੀ ਹਸਤੀ ਮਾਨ ਓਹੀ ਸਾਡੀ ਹੋਊਗੀ। ਬਾਈ ਜੀ ਇੱਕ ਗੱਲ ਆ, ਚਲੋ ਮੈਂ ਨਾ ਕਦੀ ਕਿਸੇ ਨੂੰ ਮਾੜਾ ਨੀ ਚੰਗਾ ਨੀ ਕਹਿੰਦਾ, ਪਰ ਸਾਲੇ ਨੂੰ ਅਕਲ ਕਰਨੀ ਚਾਹੀਦੀ। ਕੀ ਕਰਨ ਦਿਆ ਭੈਣ ਚੋਦਾ ਤੈਨੂੰ, ਹੱਦ ਆ, ਸ਼ਰਮ ਕਰ ਭੈਣ ਚੋਦਾ, ਹਸਤੀ ਮਾਨਾ ਤੂੰ ਤੇ ਸ਼ਕਤੀ ਮਾਨ ਦਾ ਵੀ ਭੈਣ ਚੋ ਜਲੂਸ ਕੱਢ ਛੱਡਿਆ। ਇੱਕ ਭੈਣ ਚੋ ਗਾਣਾ ਗਾਇਆ ਜੀ, ਪੰਜਾਹ ਪੰਜਾਹ ਸੌ ਚੱਲ ਪਾਸੇ ਹੋ ਲੈ, ਆਹੋ ਨਾ ਕੋਈ ਸੱਜੇ ਖੱਬੇ, ਕੀ ਯਾਰ ਭੈਣ ਚੋਦਾ ਅਕਲ ਕਰ, ਤੈਨੂੰ ਸਾਰੀ ਦੁਨੀਆਂ ਗਾਲਾਂ ਕੱਢਦੀ ਆ। ਬੰਦਾ ਹੈ ਹੀ ਘੈਂਟ ਆ, ਗੋਲਾ ਮਿੱਠਾਪੁਰੀਆ, ਉਹਨਾਂ ਨੂੰ ਗੱਲ ਬਹੁਤ ਫੁਰਦੀ ਆ। ਤੇ ਬਾਈ ਜਦੋਂ ਚਲੋ ਮਿਲਣ ਦਾ ਹੋਇਆ ਤੇ ਮਿਲਾਂਗੇ ਵੀ ਉਹਨਾਂ ਨੂੰ ਬਾਈ, ਉਹਨਾਂ ਨੂੰ ਆਪਣੇ ਭਰਾ ਆ ਉਹ ਵੀ, ਪਰ ਕਦੀ ਗੱਲ ਨੀ ਹੋਈ, ਆਪਣੇ ਹੈ ਹੀ ਭਰਾ ਆ, ਠੀਕ ਆ। ਤੇ ਮਿਲਾਂਗੇ ਬਾਈ ਉਹਨਾਂ ਨੂੰ ਵੀ ਕਿਸੇ ਦਿਨ, ਤੇ ਹੌਲੀ ਚਲਾ ਲਾ ਮੇਰੀ ਸਾਲਿਆ। ਕਾਫੀ ਕਦੇ ਆਉਣ ਜਾਂਦੀ ਕਦੇ ਆਉਣ ਜਾਂਦੀ, ਇਹਦਾ ਸਮੁੰਦਰ 'ਚ ਲਹਿਰਾਂ ਉੱਠਦੀਆਂ ਹੁੰਦੀਆਂ, ਆਹ ਦੇਖੋ। ਚੱਲ ਕੋਈ ਨਾ ਛੱਡ, ਚਲੋ ਤੂੰ ਕਿੱਦਾਂ ਪੀਂਦਾ ਹੁੰਦਾ ਰਾਏ, ਇੱਦਾਂ ਤੇ ਸਿੱਧੀ ਜੀਭ ਕੱਢ ਗਈ, ਥੱਲੇ ਲਾਉਂਦਾ ਹੁੰਦਾ ਥੱਲੇ, ਇੱਥੇ ਆਹੋ ਇਹ ਕੀ ਕਰਦਾ ਹੁਣ, ਚੱਟ ਨਾ ਕਰੇ ਆ, ਇੱਦਾਂ ਪੇਂਟੂ ਪੀਂਦਾ ਹੁੰਦਾ ਆਪਣਾ। ਬਦਲ ਦੇ ਕਿੰਨੇ ਵਧੀਆ ਹੁੰਦੇ ਨਾ, ਬਦਲਾਂ ਦੇ ਛੱਡ। ਹਾਂਜੀ ਭਾਜੀ, ਏਦਾਂ ਚਾਹ ਪੀਣਗੇ ਪੂਰਾ ਮਜ਼ਾ ਲੈ ਗਿਆ। ਚੱਲ ਬਸ ਕਰ, ਜਾਨ ਕਢਾਉਣੀ ਤੂੰ, ਕਈ ਏਦਾਂ ਪੀਣੇ। ਪੇਂਡੂ ਕਿੱਦਾਂ ਪੀਂਦਾ ਦੱਸ ਭਾਈ, ਏਦਾਂ ਹੀ ਪੀ ਜਾਣਗੇ। ਆ ਕੋਈ ਚਾਹ ਪੀਣੀ ਹੈ ਜਾ, ਫਿਰ ਕਈਆਂ ਨੂੰ ਗਲਾਸ ਵੀ ਸੁੱਟਣਾ ਹੁੰਦਾ, ਏਦਾਂ ਬਾਰੀ ਜੀ ਖੋਲਣਗੇ ਤੇ
आहो तो मैं तेन की कहा मैं कहा तेरी मम्मी कहा था नंबर लग गया चलो कोई ना मिलने जी अगे जाके रास्ते दे विच दो तीन मुंडे फोटो खिंच रहे भरावा साडा बंदा कहिंदा कि गड्डी बैक कर साला हुण गड्डी बैक करवाई जांदा दी पर की प्रॉब्लम की उहनां नाल की करना तो देखो भाई मेनू परफ्यूम नहीं सी दिंदा महा मेहनत तरला करके भाई कहता नहीं देना मैं कहा तो नहीं देना कहता दो चार कड़ाइया रेंदिया भाई सहेली दिता ना ता नहीं देना यार दीप पा के दिखा सेंट किदां दा फिस हस रिया बंदा फिस साला सही है भाई मुंह ते ना पाली पे ए साला हैगा एक्सी आ चुंबर जानिया तेन तीन महीने हो गए तीन थेलिया सैट हो गया आई परफ्यूम ला के जाई अच्छा इना तीन दिखा दे पता बाबा ननक नहीं पर मेते ना करे मेर मे को है परमट अपना जुतियां खान गा बाजा ओके भाई चंगा मेरा भा चलो ठीक है वीरे ओके ओके भाई ओके चंगा मेरा भा है ओके कॉफी नहीं दी मैं कॉफी पीला पै चोत कॉफी नहीं साली पी हुई इन्ने चिर दी साडे को ता देखिया लहर गड ली 10 मिनट मैनू पता ही यार लहरी तवे के लाड़े ए भाई तेरा नाम की है भाई बॉबी बॉबी भाई शादी है हां जी इशू तेरा नाम भाई इंस्टा दी आईडी चुप पहला गल तेरा नाम दस मेरा नाम ओदा गुल पिस्टम नाम मेनू कहंदे प्रदीप कुमार आ जी अच्छा ए भाई हुनी राह दे विच रीलां बणाउंदे आ भाई आईडी दस दे इंस्टा दी मेरी आईडी इशू जंदरी आ जलंधर फन छन अन छन कर चले ही शहर चलो मिलते हैं किसी दिन जरूर बाबा जी उधर आ चलिए उधर आप मिल लेने बाबा जी।